अरमान, हेलो। हेलो, हाँ देशो। हाँ जी बोलो। देशो, एक्चुअली ना मैं तेरी हेल्प करनी चाहता हूँ। मैंने पता है कि तू सोच रही होगी कि कंपनी जो नुकसान हुआ है वो दे पैसे किदा अरेंज करेंगी, पर मैं तेनों एक गल यकीन दवा देना चाहता हाँ कि मैं ना सारी अरेंजमेंट्स कर लिया हुई थी। तू टेंशन ना ले किसी भी चीज़ की, पैसे का प्रबंध मैं कर देवांगा। साढ़े लिए इन्ना सोचने लिए थोड़ा बहुत बहुत धन्यवाद अरमान, पर सानू ना इस प्रॉब्लम का हल मिल गया, असी आपे देख लांगे, थोड़ी मदद की सानू कोई लोड़ नहीं है। एक तेना यही तेरी सिफत आ, सच्ची मैनू बहुत वधिया लगती है गल। सिचुएशंस चाहे जिद्दां दी मर्जियां हो पर तू ना हमेशा कोई ना कोई हल जरूर कढ लैंदी। पर देख, तेनू किसी चीज़ की भी कोई जरूरत होवे ना, टेंशन ना लई, मैं हैगा आ। दुबारा तो तुहाडा बहुत बहुत धन्यवाद। बाय। ਤੁਸੀਂ ਕੀ ਦੇਸ਼ਾਂ ਨੂੰ ਮੇਰਾ ਪੈਸਾ ਆਫਰ ਕਰ ਰਹੇ ਸੀ? ਉਹ ਪੈਸੇ ਜਿਹੜੇ ਮੈਂ ਮਿਣੀ ਤੋਂ ਲਏ ਸੀ, ਇਹ ਸਭ ਸੋਚਣ ਦੀ ਤੁਹਾਡੀ ਹਿੰਮਤ ਵੀ ਕਿਵੇਂ ਹੋਈ? ਉਹ ਮੈਂ ਅਜਿਹਾ ਕੁਝ ਵੀ ਨਹੀਂ ਕਰ ਰਿਹਾ ਸੀਗਾ। ਜੇ ਮੈਨੂੰ ਪੈਸੇ ਦੇਣੇ ਹੁੰਦੇ ਨਾ ਤੇ ਮੈਂ ਦੇ ਚੁੱਕਿਆ ਹੁੰਦਾ, ਪਰ ਮੈਂ ਰਾਤ ਤੱਕ ਦਾ ਇੰਤਜ਼ਾਰ ਕੀਤਾ। ਕਿਉਂ? ਕਿਉਂਕਿ ਮੈਨੂੰ ਪਤਾ ਸੀਗਾ ਕਿ ਦੇਸ਼ੂ ਇੰਨੀ ਕੈਪੇਬਲ ਹੈਗੀ ਹੈ ਕਿ ਕੋਈ ਨਾ ਕੋਈ ਅਰੇਂਜਮੈਂਟ ਜ਼ਰੂਰ ਕਰ ਲਵੇਗੀ, ਉਹਨੇ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਿਆ ਹੋਵੇਗਾ। ਨਾਲੇ ਨਾ ਮੈਨੂੰ ਇੱਦਾਂ ਲੱਗਦਾ ਕਿ ਦੇਸ਼ੂ ਨੇ ਨਾ ਪੈਸੇ ਅਰੇਂਜਮੈਂਟ ਕਰ ਲਈ ਹੈ, ਕਿਉਂਕਿ ਦੇਸ਼ੂ ਤੇਰੇ ਵਰਗੀ ਨਹੀਂ ਹੈਗੀ। ਪਲੀਜ਼ ਪਲੀਜ਼, ਇਹੀ ਮੈਂ ਕਹਿ ਰਿਹਾ ਕਿ ਦੇਸ਼ੂ ਤੇਰੇ ਵਰਗੀ ਨਹੀਂ ਹੈਗੀ। ਉਹਦੇ ਮਾਰਕੀਟ ਵਿੱਚ ਬਹੁਤ ਸਾਰੇ ਸੋਰਸਿਸ ਨੇ ਜਿਹੜੇ ਔਖੇ ਵੇਲੇ ਹੋਣ 'ਤੇ ਨਾ ਉਹਦੀ ਹੈਲਪ ਕਰਨਗੇ, ਅਤੇ ਉਹਨੇ ਉਹ ਸਾਰੇ ਸੋਰਸਿਸ ਆਪ ਕਮਾਏ ਨੇ। ਤੁਸੀਂ ਨਾ ਮੈਨੂੰ ਸੁਣਾਉਣਾ ਬੰਦ ਕਰੋ, ਨਾਲੇ ਤੁਸੀਂ ਵੀ ਨਾ ਆਪ ਮੇਰੇ ਪੈਸੇ 'ਤੇ ਬੈਠੇ ਹੋਏ ਹੋ। ਹਾਂ, ਤੇਰਾ ਹੀ ਤਾਂ ਪੈਸਾ ਉਹ ਜਿਹੜਾ ਤੂੰ ਮੈਨੂੰ ਵੇਚ ਕੇ ਕਮਾਇਆ। ਮੇਰਾ ਪੈਸਾ? ਅਸੀਂ ਤਾਂ ਪ੍ਰੋਡਕਟ ਨੂੰ ਲੈ ਕੇ ਅਗਲੀ ਤਿਆਰੀ ਲਈ ਵੀ ਟੀਮ ਨੂੰ ਲਗਾ ਦਿੱਤਾ। ਇਸ ਵਾਰ ਕੁਛ ਵੱਡਾ ਸੋਚ ਰਹੇ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਮੈਮ। ਤੁਸੀਂ ਇੱਥੇ ਇੰਨੀ ਸਵੇਰੇ ਸਵੇਰੇ? ਰਣਵੀਰ ਜੀ ਦਾ ਕਾਲ ਆਇਆ ਸੀ ਅਰਲੀ ਮਾਰਨਿੰਗ, ਕੁਛ ਇੰਪੋਰਟੈਂਟ ਡਿਸਕਸ ਕਰਨਾ ਹੈ, ਸੋ ਮੈਂ ਆ ਗਿਆ। ਬਸ ਤੁਹਾਡੇ ਆਉਣ ਤੋਂ ਕੁਛ ਦਿਨ ਪਹਿਲਾਂ ਹੀ ਆਇਆ। ਅਸੀਂ ਵੀ ਨਾ ਪ੍ਰੋਡਕਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਕਿ ਕੰਟਰੈਕਟ ਦੇ ਅਕੋਰਡਿੰਗ ਜਲਦੀ ਤੋਂ ਜਲਦੀ ਸਾਰੇ ਪ੍ਰੋਡਕਟ ਬਣ ਜਾਣ। ਨਹੀਂ, ਅਸੀਂ ਇਹੋ ਜਿਹਾ ਕੁਛ ਨਹੀਂ ਕਰ, ਸਾਨੂੰ ਇਹ ਡੀਲ ਕੈਂਸਲ ਕਰਨੀ ਪਏਗੀ। ਇਹ ਇੱਕ ਇੰਪੋਸੀਬਲ ਡੀਲ ਹੈ। ਜੋ ਅਮਾਊਂਟ ਕੰਟਰੈਕਟ ਦੇ ਵਿੱਚ ਮੈਂਸ਼ਨ ਹੋਈ ਹੈ ਉਹਦੇ 'ਚ ਪ੍ਰੋਡਕਟ ਤਿਆਰ ਕਰਨਾ ਪੋਸੀਬਲ ਹੀ ਨਹੀਂ। ਤੁਸੀਂ ਹੋਸ਼ ਤਾਂ ਹੋ? ਤੁਸੀਂ ਪਹਿਲਾਂ ਆਰਾਮ ਨਾਲ ਬਹਿ ਜਾਓ ਤੇ ਮੇਰੀ ਗੱਲ ਸੁਣੋ। ਦੇਖੋ, ਮੇਰੇ ਤੋਂ ਗਲਤੀ ਹੋ ਗਈ, ਮੈਂ ਜਲਦਬਾਜ਼ੀ 'ਚ ਬਿਨਾਂ ਪੜ੍ਹੇ ਹੀ ਨਾ ਗਲਤ ਕੰਟਰੈਕਟ 'ਤੇ ਸਾਈਨ ਕਰ ਬੈਠਾ, ਅਤੇ ਇਹ ਸਭ ਕੁਝ ਕਲੀਅਰ ਕਰਨ ਦੇ ਲਈ ਮੈਂ ਤੁਹਾਨੂੰ ਇੱਥੇ ਬੁਲਾਇਆ। ਇਹ ਗੱਲ ਮੈਂ ਤੁਹਾਨੂੰ ਆਪਣੇ ਸਟਾਫ ਦੇ ਥਰੂ ਵੀ ਕਹਿ ਸਕਦਾ ਸੀ ਜਾਂ ਤੁਹਾਨੂੰ ਫੋਨ ਕਰਕੇ ਵੀ ਕਹਿ ਸਕਦਾ ਸੀ, ਪਰ ਮੈਨੂੰ ਲੱਗਾ ਕਿ ਪਰਸਨਲੀ ਮਿਲਣਾ ਜ਼ਿਆਦਾ ਸਹੀ ਰਹੇਗਾ, ਤਾਂ ਹੀ ਕਰਕੇ ਮੈਂ ਤੁਹਾਨੂੰ ਇੱਥੇ ਬੁਲਾਇਆ। ਆਈ ਐਮ ਵੈਰੀ ਸੋਰੀ। ਤੁਸੀਂ ਆਪਣੀ ਡੀਲ ਤੋਂ ਪਿੱਛੇ ਨਹੀਂ ਹਟ ਸਕਦੇ। ਜੋ ਵੀ ਤੁਸੀਂ ਕਹਿ ਰਹੇ ਹੋ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ, ਅਸੀਂ ਵੀ ਅੱਗੇ ਜਵਾਬ ਦੇਣਾ ਹੁੰਦਾ ਹੈ। ਅਸੀਂ ਆਪਣੀ ਕਮਿਟਮੈਂਟ ਨਹੀਂ ਤੋੜਾਂਗੇ। ਤੁਸੀਂ ਸਹੀ ਕਹਿ ਰਹੇ ਹੋ ਰਣਵੀਰ, ਮੈਂ ਕੀ ਕਹਿ ਰਹੀ ਸੀ? ਕੁਛ ਵੀ ਕਹਿਣ ਦੀ ਲੋੜ ਨਹੀਂ, ਮੈਂ ਸਾਰੇ ਪੱਖ ਸੋਚ ਕੇ ਇਹ ਸਭ ਕੁਝ ਬੋਲ ਰਿਹਾ ਤੇ ਮੈਂ ਹੁਣ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹਾਂਗਾ। ਤੁਹਾਨੂੰ ਵੀ ਇਹ ਗੱਲ ਸਮਝਣੀ ਪਏਗੀ, ਇਹ ਇੱਕ ਇੰਪੋਸੀਬਲ ਡੀਲ ਹੈ। ਇਹ ਸਭ ਕੁਝ ਕਿਵੇਂ ਹੋ ਸਕਦਾ ਹੈ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਜਾਣਕਾਰ ਹੋ ਮਾਰਕੀਟ ਪ੍ਰਾਈਸਿਸ ਦੇ। ਤੁਹਾਨੂੰ ਪਤਾ ਹੈ ਕਿ ਇਸ ਅਮਾਊਂਟ ਦੇ ਵਿੱਚ ਪ੍ਰੋਡਕਟ ਨੂੰ ਰੈਡੀ ਕਰਨਾ ਇੰਪੋਸੀਬਲ ਹੈ ਕਿਸੇ ਦੇ ਵੀ ਲਈ। ਇਹ ਸਭ ਤਾਂ ਤੁਹਾਨੂੰ ਡੀਲ ਡਨ ਕਰਨ ਤੋਂ ਪਹਿਲੇ ਸੋਚਣਾ ਚਾਹੀਦਾ ਨਾ। ਉਹੀ ਮੈਂ ਕਹਿ ਰਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਮੈਂ ਨਹੀਂ ਪੜ੍ਹਿਆ ਕੰਟਰੈਕਟ। ਦੇਖੋ, ਮੈਂ ਫਿਰ ਤੁਹਾਡੇ ਤੋਂ ਮਾਫੀ ਮੰਗਦਾ।
ते मैं तुहानू एक फॉर्मल माफी पत्र भेजण नू भी रेडी। मैं डायरेक्टली भी कर सकता सी, पर मैं चाहुंदा सी कि असी हमने सामने बैठिए ते मिल के इस मसले नू हल करिए। मैं साफ साफ कह देना सानू ये बिल्कुल मंजूर नहीं है। फिर भी तुहाडा जे यही डिसीजन है असी तुहाडी कंपनी ते केस करांगे। देशो इस कंपनी का नुकसान होया वो पैसे कितना अरेंज करेंगे। तेन एक गल यकीन दवा देना चाहना है कि मैं ना सारी अरेंजमेंट्स कर दी हूँ। अरमान हालांकि पहला मैं तुहानू जान दिता पर हूँ मैं तुहानू ना एक गल दोबारा याद दवा दा कि मैं अपना पैसा ना देशो या दूजी तीजी औरत तुहानू बिल्कुल नहीं लान दवांगी। ਉਹ ਮੇਰਾ ਪੈਸਾ ਆ ਨਾਲੇ ਤੁਹਾਨੂੰ ਬੜਾ ਕੌਨਫੀਡੈਂਸ ਹੈ ਨਾ ਇਸ ਗੱਲ ਤੇ ਕਿ ਦੇਸ਼ੋ ਕੋਈ ਨਾ ਕੋਈ ਹੱਲ ਲੱਭ ਲੇਗੀ ਇਸ ਸਿਚੁਏਸ਼ਨ ਤੋਂ ਬਾਹਰ ਆਉਣ ਦਾ। ਤੇ ਠੀਕ ਹੈ ਤੁਸੀਂ ਆਪਣਾ ਕੌਨਫੀਡੈਂਸ ਆਪਣੇ ਕੋਲ ਰੱਖੋ ਪਰ ਮੇਰੇ ਪੈਸੇ ਨੂੰ ਨਾ ਕਿਸੇ ਹੋਰ ਤੇ ਤੁਹਾਨੂੰ ਨਹੀਂ ਖਰਚਣ ਦੇਵਾਂਗੀ। ਆ ਜਿਹੜੀ ਤੁਸੀਂ ਫਾਈਨੈਂਸ਼ੀਅਲ ਹੈਲਪ ਕਰਨਾ ਚਾਹੁੰਦੇ ਹੋ ਕਿਸੇ ਦੀ ਬਿਲਕੁਲ ਵੀ ਨਹੀਂ। ਠੀਕ ਹੈ ਮੇਰੇ ਪੈਸੇ ਨੂੰ ਤੁਸੀਂ ਹੱਥ ਲਾਉਣ ਦੇ ਬਾਰੇ ਸੋਚਿਓ ਵੀ ਨਾ ਅਰਮਾਨ। ਇਹ ਟ੍ਰੇਡ ਨਾ ਮੈਂ ਸ਼ੁਰੂ ਕੀਤਾ ਭਾਵੇਂ ਉਹਦਾ ਟ੍ਰੇਡਿੰਗ ਮਟੀਰੀਅਲ ਤੁਸੀਂ ਸੀ ਪਰ ਮੈਂ ਉਹ ਸ਼ਖਸ ਹਾਂ ਜਿਹਦੀ ਇਮੋਸ਼ਨਸ ਦੇ ਨਾਲ ਖੇਡਿਆ ਗਿਆ। ਇਮੋਸ਼ਨਸ ਸੀਰੀਅਸਲੀ ਸਿੰਪਲ ਤੇਰੇ ਇਮੋਸ਼ਨਸ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਉਹ ਸਾਰਾ ਪੈਸਾ ਮੇਰਾ ਹੈ, ਸਾਰਾ ਪੈਸਾ ਮੇਰੇ ਕੋਲ ਹੀ ਰਹੇਗਾ। ਠੀਕ ਹੈ ਚਾਹੇ ਮੈਂ ਉਹਨੂੰ ਜਿੱਥੇ ਮਰਜ਼ੀ ਵਰਤਾਂ ਕੋਈ ਬੰਦਾ ਮੈਨੂੰ ਸਵਾਲ ਜਵਾਬ ਨਹੀਂ ਕਰ ਸਕਦਾ। ਭਾਵੇਂ ਉਹਨੂੰ ਅੱਗ ਲਾਵਾਂ ਸੁੱਟਾਂ ਦਰਿਆ ਜਾ ਕੇ ਸੁੱਟਦਾ ਕੋਈ ਬੰਦਾ ਮੈਨੂੰ ਪੁੱਛ ਨਹੀਂ ਸਕਦਾ। ਨਾਲੇ ਦੇਸ਼ੋ ਨੂੰ ਕੋਈ ਪੈਸੇ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹਨੇ ਆਪਣੀ ਅਰੇਂਜਮੈਂਟਸ ਕਰ ਲਈਆਂ ਨੇ। ਤੈਨੂੰ ਪਹਿਲਾਂ ਵੀ ਦੱਸ ਚੁੱਕਾ ਸ਼ਾਇਦ ਹੈ ਨਾ ਇਮੋਸ਼ਨਸ। ਚੱਲਦਾ ਹੁਣ ਮੈਂ। ਅਰਮਾਨ ਤੁਹਾਡਾ ਕਿੱਤਾ ਨਾ ਕੁਝ ਫਾਇਦਾ ਨਹੀਂ ਦੇਗਾ ਤੁਹਾਨੂੰ। ਤੁਹਾਡੀ ਕਿੱਤੀ ਕਰਾਈ ਸਾਰੇ ਪਾਣੀ ਚ ਪੈ ਜਾਣੀ। ਪਤਾ ਕਿਉਂ? ਰਣਵੀਰ ਤੇ ਦੇਸ਼ੋ ਨਾ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਇਹਦੇ ਨਾਲ ਨੁਕਸਾਨ ਕਿਤੇ ਤੁਹਾਡਾ ਹੀ ਹੈ। ਤੁਹਾਨੂੰ ਹੀ ਦੇਸ਼ੋ ਦੇ ਨੇੜੇ ਤੇੜੇ ਰਹਿਣ ਦਾ ਮੌਕਾ ਨਹੀਂ ਮਿਲ ਪਾਣਾ। ਇਹ ਜਿਹੜਾ ਤੁਸੀਂ ਇਹਨਾਂ ਖੁਸ਼ ਹੋ ਰਹੇ ਹੋ ਨਾ ਨਾ ਹੋ, ਕਿਉਂਕਿ ਤੁਹਾਡਾ ਮਜ਼ਾਕ ਤੁਹਾਡੇ ਤੇ ਹੀ ਭਾਰੀ ਪੈਣ ਵਾਲਾ। मैं मानता अरे तो गलती हो गई पर तुसी ना अपना भरोसा मेरे ते बना के रखे। मैनू बस यही चाहिए कि तुहाडा भरोसा मेरे ते बना रहे। इतना कदे भी नहीं होएगा कि मैं तुहाडे ते भरोसा ना कर। मैनू तुहाडे ते बहुत भरोसा है ना। अखा बंद करके भी तुहाडे ते भरोसा कर सकती है। इस दुनिया ते तू ही थी जिन्हां ते मैनू इन्ना मान है। नाले मैं भरोसा नहीं, तुसी मेरे ते भरोसा कीता। मेरे कहन ते तुसी ये सारे ट्रीटमेंट्स नू ट्राई कर रहे। हुण ना मेरा सारा ध्यान सिर्फ ट्रीटमेंट्स वाला, ताकि मैनू कोई चंगा ट्रीटमेंट मिले जिहड़ा तुहानू ठीक कर दे ते तुसी वापस तो चलन लग पो। ठीक, तुसी अपना सारा ध्यान ना ट्रीटमेंट ते लाओ ते मैं अपनी कीती गलती नू सुधारन ते दवांगा। मैनू तुहाडे ਤੇ ਤੁਹਾਡੇ ਫੈਸਲੇ ਤੇ ਨਾ ਪੂਰਾ ਯਕੀਨ। ਰੋਮਾਂਸ ਇਨ ਦੀ ਏਅਰ ਹਾਂ, ਆਈ ਲਾਈਕ ਇਟ। ਖੁਸ਼ਬੂ ਤੇ ਆ ਰਹੀ ਹੈ। ਜਦੋਂ ਤੂੰ ਆਪਣੀ ਜ਼ਿੰਦਗੀ ਦੇ ਇਸ ਮੁਕਾਮ ਤੇ ਪਹੁੰਚੇਂਗੀ ਤਾਂ ਫਿਰ ਤੂੰ ਵੀ ਇਸ ਮੋੜ ਤੇ ਜ਼ਰੂਰ ਗੁਜ਼ਰੇਂਗੀ। ਪਰ ਉਹਦੇ ਲਈ ਨਾ ਤੈਨੂੰ ਇੱਕ ਮੁੰਡਾ ਲੱਭਣਾ ਪਏਗਾ। ਵੀਰੇ ਜੇ ਵੀ ਮੁੰਡਾ ਪਹਿਲੇ ਲੱਭ ਕੇ ਰੱਖਿਆ ਹੋਵੇ ਫਿਰ
हेलो किवें हो तुसी? आई नो तुहानू थोड़ा जिहा इंतजार करना पिया। तुसी ये जानने में इंटरेस्टेड नहीं हो कि इत्थे की हो रहा है? तुहानू पता है देशों दे रणवीर एक दूजे का किन्ने वधिया तरीके नाल साथ दे रहे ने। उन्हां नू देख के ना बहुत ही वधिया लगता है। इट्स टू ब्यूटिफुल। हाँ हाँ डोंट वरी मैं तुहानू अपडेट कर दी रवांगी। ओके अरमान की गल हो गई? तुसी मैनू फोन करके कल्या मिला नहीं बुलाया, सब ठीक था है? देख मैं मानता कि रणवीर दे आप दे इशूज ने, उहदे आप दे मुद्दे ने, ते ਉਹ ਦੋਸ਼ੀ ਵੀ ਹੈ ਇਹ ਸਭ ਏਡੀ ਵੱਡੀ ਗਲਤੀ ਕਰਨ ਦੇ ਲਈ, ਤੇ ਉਹਦੀ ਇਸ ਗਲਤੀ ਦਾ ਕਾਰਨ ਤੇਰੇ ਤੇ ਵੀ ਨਿਕਲ ਰਿਹਾ ਵਾ। ਤੂੰ ਵੀ ਸਫ਼ਰ ਕਰ ਰਹੀ ਹੈ ਸਿਚੁਏਸ਼ਨ ਦੇ ਵਿੱਚ। ਮੈਂ ਦੇਖ ਇਸ ਕਰਕੇ ਇੱਥੇ ਆਇਆ ਕਿ ਮੈਂ ਤੈਨੂੰ ਅਹਿਸਾਸ ਦਵਾਉਣਾ ਚਾਹੁੰਦਾ ਕਿ ਮੈਂ ਤੇਰੇ ਨਾਲ ਹਾਂ। ਹਾਂ ਅਸੀਂ ਦੋਨੇ ਜਾਣੇ ਨਾ ਇਸ ਗੜਬੜ ਨੂੰ ਇਕੱਠੇ ਹੋ ਕੇ ਠੀਕ ਕਰ ਸਕਦੇ ਹਾਂ। ਸੋ ਮੈਨੂੰ ਲੱਗਿਆ ਕਿ ਇੱਕ ਵਾਰ ਨਾ ਤੇਰੇ ਨਾਲ ਮੈਂ ਇਕੱਲੇ ਜਾ ਕੇ ਗੱਲ ਕਰ ਲਵਾਂ, ਇਸ ਕਰਕੇ ਮੈਂ ਇੱਥੇ ਆਇਆ ਸੀ। ਤੁਹਾਡੀ ਕੰਸਰਨ ਦੀ ਮੈਂ ਰਿਸਪੈਕਟ ਕਰਦੀ, ਪਰ ਤੁਹਾਨੂੰ ਨਾ ਇਹ ਚ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ। ਰਣਵੀਰ ਦੀਆਂ ਅੱਖਾਂ ਅੱਗੇ ਜਿਹੜੀ ਧੁੰਦ ਸੀ ਨਾ ਉਹ ਹੁਣ ਲੱਗ ਚੁੱਕੀ ਹੈ, ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਹੁਣ ਸਭ ਕੁਝ ਠੀਕ ਕਰ ਦੇਣਗੇ। ਤੁਹਾਨੂੰ ਹੁਣ ਬੇਫਿਕਰੇ ਹੋ ਜਾਣਾ ਚਾਹੀਦਾ, ਨਾਲੇ ਵੈਸੇ ਵੀ ਗਲਤੀਆਂ ਕਿਹਦੇ ਕੋਲੋਂ ਨਹੀਂ ਹੁੰਦੀ, ਕਦੇ ਨਾ ਕਦੇ ਕਿਤੇ ਨਾ ਕਿਤੇ ਹਰ ਇਨਸਾਨ ਗਲਤੀ ਕਰਦਾ, ਕੋਈ ਵੀ ਪਰਫੈਕਟ ਤਾਂ ਨਹੀਂ ਨਾ ਹੁੰਦਾ। ਰਣਵੀਰ ਕੋਲੋਂ ਵੀ ਗਲਤੀ ਹੋਈ ਹੈ, ਤੇ ਉਹਨਾਂ ਨੇ ਨਾ ਆਪਣੀ ਇਸ ਗਲਤੀ ਦੀ ਜ਼ਿੰਮੇਵਾਰੀ ਚੱਕ ਕੇ ਇਹਨੂੰ ਸਹੀ ਢੰਗ ਨਾਲ ਸਹੀ ਕਰਨ ਦਾ ਵੀ ਸੋਚ ਲਿਆ, ਤੇ ਉਹਨਾਂ ਨੇ ਹੁਣ ਇਹ ਵੀ ਫੈਸਲਾ ਲਿਆ ਕਿ ਅੱਗੇ ਜੋ ਕੁਝ ਵੀ ਹੋਏਗਾ ਹੁਣ ਉਹ ਸਭ ਨੂੰ ਇਕੱਲਿਆਂ ਹੈਂਡਲ ਕਰਨਗੇ। ਪੇਸ਼ੋ ਪੇਸ਼ੋ। ਅੱਛਾ ਜੀ ਹੁਣ ਦੋ ਪ੍ਰੇਮੀ ਇੱਕ ਪਲ ਵੀ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ, ਕੀ ਬਾਤ ਹੈ ਵੀਰੇ? ਉਹ ਐਕਚੁਅਲੀ ਡਾਕਟਰ ਦੇ ਨਾਲ ਅਪਾਇੰਟਮੈਂਟ, ਤੇ ਦੇਸ਼ੋ ਨੇ ਮੈਨੂੰ ਉੱਥੇ ਲੈ ਕੇ ਜਾਣਾ ਸੀ। ਵੈਸੇ ਤਾਂ ਤੂੰ ਵੀ ਮੈਨੂੰ ਲੈ ਕੇ ਜਾ ਸਕਦੀ ਹੈ, ਪਰ ਮੈਂ ਆਪਣੇ ਪਾਰਟਨਰ ਦੇ ਨਾਲ ਹੀ ਜਾਵਾਂਗਾ। ਹਾਂਜੀ ਹਾਂਜੀ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਤੁਹਾਡਾ ਪਾਰਟਨਰ ਨਾ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਤੁਹਾਡੇ ਤੋਂ ਵੀ ਕਾਲਾ ਹੈ। ਓ ਬਾਏ ਦਾ ਵੇ ਦੇਸ਼ੋ ਕਿੱਥੇ ਨੇ? ਤੂੰ ਦੇਖਿਆ ਉਹਨਾਂ ਨੂੰ? ਆਈ ਥਿੰਕ ਐਕਚੁਅਲੀ ਨਾ ਅਰਮਾਨ ਦੀ ਕਾਲ ਆਈ ਸੀ ਤੇ ਉਹਨਾਂ ਨੇ ਕੋਈ ਬਿਜ਼ਨਸ ਦੀ ਟਾਕ ਕਰਨੀ ਸੀ ਪ੍ਰਾਈਵੇਟਲੀ, ਤੇ ਭਾਬੀ ਬਾਹਰ ਗਏ ਨੇ ਗੱਲ ਕਰਨ। ਅੱਛਾ ਠੀਕ ਚੱਲ ਤੂੰ ਕਰ ਲੈ ਆਪਣਾ ਕੰਮ। ਓਕੇ ਦੇਸ਼ੋ ਰਣਵੀਰ ਨੇ ਗਲਤੀ ਕੀਤੀ ਹੈ ਤੇ ਜਿਸ ਸਿਚੁਏਸ਼ਨ ਵਿੱਚੋਂ ਨਿਕਲ ਰਿਹਾ ਉਹ ਦੁਬਾਰਾ ਗਲਤੀ ਕਰੇਗਾ ਯਕੀਨਨ ਤੌਰ ਤੇ, ਤੇ ਤੈਨੂੰ ਹੋਰ ਵੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਝੇਲਣੀਆਂ ਪੈਣਗੀਆਂ। ਦੇਖ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈਗਾ, ਇਸੇ ਕਰਕੇ ਉਹ ਕਿਸੇ ਵੀ ਚੀਜ਼ ਵੱਲ ਧਿਆਨ ਨਹੀਂ ਦੇ ਪਾ ਰਿਹਾ, ਕਿਉਂਕਿ ਉਹਦੀ ਅਪੰਗਤਾ ਦਾ ਕਾਰਨ ਆ ਜੋ ਵੀ ਕਦੀ ਠੀਕ ਨਹੀਂ ਹੋ। ਅਰਮਾਨ ਮੈਨੂੰ ਪਤਾ ਹੈ ਕਿ ਤੁਸੀਂ ਸਾਡੀ ਕੇਅਰ ਕਰਦੇ ਹੋ, ਤੁਹਾਨੂੰ ਬਿਜ਼ਨਸ ਦੀ ਵੀ ਬਹੁਤ ਫਿਕਰ ਹੈ, ਇਸ ਡੀਲ ਦੇ ਨਾਲ ਤੁਹਾਡਾ ਵੀ ਨੁਕਸਾਨ ਹੋਇਆ, ਥੋੜਾ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਰਣਵੀਰ ਨੇ ਕਹਿ ਦਿੱਤਾ ਹੈ ਨਾ ਕਿ ਉਹ ਆਪੇ ਹੈਂਡਲ ਕਰ ਲੈਣਗੇ ਸਭ ਨੂੰ, ਤੇ ਮੈਨੂੰ ਉਹਨਾਂ ਤੇ ਪੂਰਾ ਯਕੀਨ ਹੈ ਕਿ ਉਹ ਆਪੇ ਹੈਂਡਲ ਕਰ ਲੈਣਗੇ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਸਾਨੂੰ ਇਸ ਮੁੱਦੇ ਤੇ ਕੋਈ ਹੋਰ ਗੱਲ ਕਰਨ ਦੀ ਲੋੜ। ਤੁਸੀਂ ਇੱਥੇ ਆਏ, ਤੁਸੀਂ ਸਾਡੀ ਪਰਵਾਹ ਕੀਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਆਇਓ ਤੇ ਚਾਹ ਪੀ ਕੇ ਜਾਏ। ਬੈਠੋ। ਹੈਲੋ ਅਰਮਾਨ। ਹੈਲੋ ਬੈਠ। ਰਣਵੀਰ ਤੁਸੀਂ ਬਾਹਰ ਕੀ ਕਰ ਰਹੇ ਹੋ? ਤੁਸੀਂ ਅੰਦਰ ਆਰਾਮ ਕਰਨਾ ਸੀ ਨਾ? ਮੈਂ ਅੰਦਰ ਬੋਰ ਹੋ ਰਿਹਾ ਸੀ ਤਾਂ ਹੀ ਮੈਂ ਬਾਹਰ ਆ ਗਿਆ। ਠੀਕ ਹੈ ਤੁਸੀਂ ਦੋਨੋਂ ਗੱਲਾਂ ਕਰੋ, ਮੈਂ ਚਾਹ ਬਣਾ ਕੇ ਲਿਆਉਂਦੀ। ਮੈਂ ਤੇ ਦੇਸ਼ੋ ਨਾ ਬਿਜ਼ਨਸ ਬਾਰੇ ਡਿਸਕਸ ਕਰਦੇ ਪਏ ਸੀਗੇ, ਤੈਨੂੰ ਤਾਂ ਪਤਾ ਹੀ ਹੈ ਕਿ ਹਾਲਾਤ ਕਿਹੋ ਜਿਹੇ ਚੱਲਦੇ ਪਏ ਆ। ਹਾਂ ਹਾਂ ਬਿਜ਼ਨਸ ਬਾਰੇ ਤਾਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਆਲੋਚਾ ਐਕਚੁਅਲੀ ਮੈਂ ਰਣਵੀਰ ਨੂੰ ਦੱਸਦਾ ਪਿਆ ਸੀਗਾ ਕਿ ਅਸੀਂ ਦੋਨੋਂ ਬਿਜ਼ਨਸ ਬਾਰੇ ਡਿਸਕਸ ਕਰ ਰਹੇ ਸੀਗੇ। ਪਰ ਰਣਵੀਰ ਨੇ ਤੁਹਾਨੂੰ ਪੁੱਛਿਆ ਸੀ ਇਸ ਬਾਰੇ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਇਦਾਂ ਦੇ ਸਵਾਲ ਕਰਨਗੇ। ਕੀ ਤੁਹਾਨੂੰ ਬੁਰਾ ਲੱਗ ਰਿਹਾ? ਮੈਨੂੰ ਕਿਉਂ ਬੁਰਾ ਲੱਗੇਗਾ?
ਤਾਂ ਇਸ ਬਾਰੇ ਕੁਝ ਪੁੱਛਿਆ ਵੀ ਨਹੀਂ। ਤੂੰ ਪਤਾ ਨਹੀਂ ਕਿਉਂ ਐਕਸਪਲੇਨ ਕਰਨ ਲੱਗ ਗਿਆ। ਨਹੀਂ ਨਹੀਂ ਨਹੀਂ, ਮੈਂ ਤਾਂ ਇਸ ਕਰਕੇ ਗੱਲ ਕਰ ਰਿਹਾ ਸੀ ਇਸ ਬਾਰੇ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਤੁਹਾਡੇ ਦੋਨਾਂ 'ਚ ਕੋਈ ਗਲਤ ਫਹਿਮੀ ਹੋਵੇ। ਰਣਵੀਰ, ਤੁਸੀਂ ਜਲਦੀ ਜਲਦੀ ਚਾਹ ਖਤਮ ਕਰੋ, ਉਸ ਤੋਂ ਬਾਅਦ ਮੈਂ ਤੁਹਾਡੀ ਥੈਰੇਪੀ ਵੀ ਕਰਨੀ ਆ। ਮੈਨੂੰ ਨਾ ਡਾਕਟਰ ਦੇ ਕਲੀਨਿਕ ਤੋਂ ਕਾਲ ਆਈ ਸੀ, ਉਹ ਕਹਿ ਰਹੇ ਸੀ ਕਿ ਉਹਨਾਂ ਨੇ ਸਾਡੇ ਅਪਾਇੰਟਮੈਂਟ ਕੱਲ੍ਹ ਤੇ ਪਾ ਦਿੱਤੀ, ਇਸ ਲਈ ਅੱਜ ਤੁਹਾਡੀ ਥੈਰੇਪੀ ਨਾ ਮੈਂ ਹੀ ਕਰਾਂਗੀ ਤੇ ਉਸ ਤੋਂ ਬਾਅਦ ਤੁਸੀਂ ਕੰਟਰੈਕਟ ਵੀ ਪੜ੍ਹਨਾ। ਰੁਕੋ ਰੁਕੋ ਰੁਕੋ, ਆ ਵੇਖੋ ਮੈਂ ਪਕੌੜੇ ਬਣਾਏ ਨੇ ਭਾਬੀ ਦੀ ਵੀਡੀਓ ਵੇਖ ਕੇ। ਆਈ ਨੋ ਇਹਨਾਂ ਦਾ ਰੰਗ ਰੂਪ ਥੋੜਾ ਠੀਕ ਨਹੀਂ ਹੈ, ਬਟ ਖਾਣ ਚ ਬਹੁਤ ਟੇਸਟੀ ਨੇ, ਖਾਓ। ਤੇਰੇ ਪਕੌੜੇ ਦੇਖ ਕੇ ਨਾ ਮੈਨੂੰ ਕਿਸੇ ਦੇਸ਼ ਦਾ ਤਾਂ ਨਕਸ਼ਾ ਯਾਦ ਆ ਰਿਹਾ, ਕੀ ਨਾਂ ਸੀ ਉਹਦਾ, ਕਲਾਰਾ ਕਲੂਰਾ, ਪਤਾ ਨਹੀਂ ਇਹੋ ਜਿਹਾ। ਵੀਰੇ ਕੀ ਤੁਸੀਂ ਵੀ ਮੈਨੂੰ ਲੱਗਦਾ ਕਿ ਮੈਨੂੰ ਹੁਣ ਚੱਲਣਾ ਚਾਹੀਦਾ। ਨਹੀਂ ਨਹੀਂ ਰੁਕੋ ਰੁਕੋ, ਪਕੌੜੇ ਤੇ ਖਾ ਕੇ ਜਾਓ, ਦੇਖੋ ਕਿੰਨੇ ਸਵਾਦ ਬਣੇ ਨੇ, ਲਓ ਚੱਕੋ। ਬਸ ਅੱਧਾ ਖਾ ਲਿਆ, ਅੱਧਾ ਮੈਂ ਬਾਹਰ ਜਾਂਦੇ ਜਾਂਦੇ ਖਾ ਲੂੰਗਾ, ਐਕਚੁਅਲੀ ਮੈਂ ਥੋੜਾ ਲੇਟ ਹੋ ਰਿਹਾ ਨਾ। ਥੈਂਕ ਯੂ। ਟਿਸ਼ੂ, ਸਾਡੀ ਦੂਜੇ ਡਾਕਟਰ ਨਾਲ ਵੀ ਅਪਾਇੰਟਮੈਂਟ ਸੀ ਨਾ, ਮੈਨੂੰ ਲੱਗਦਾ ਸਾਨੂੰ ਚੱਲਣਾ ਚਾਹੀਦਾ ਹੈ, ਡਾਕਟਰ ਨਾ ਉਹ ਗੁੱਸਾ ਬਹੁਤ ਕਰਦਾ ਹੈ। ਹਾਂਜੀ ਹਾਂਜੀ, ਆਪਾਂ ਚੱਲ ਕੇ ਤਿਆਰ ਹੁੰਦੇ ਹਾਂ। ਘੱਟ ਘੱਟ ਤੁਸੀਂ ਤਾਂ ਪਕੌੜੇ ਖਾ ਕੇ ਜਾਓ, ਮੈਂ ਕਿੰਨੇ ਪਿਆਰ ਨਾਲ ਬਣਾਏ ਨੇ। ਕੋਈ ਨਹੀਂ ਮਾਇਆ, ਬਾਅਦ 'ਚ ਖਾ ਲਾਂਗੇ। ਹਾਂ ਪੱਕਾ, ਜ਼ਰੂਰ ਖਾਵਾਂਗੇ, ਠੀਕ ਹੈ। ਅਰਮਾਨ, ਕੀ ਹੋਇਆ? ਦੇਸ਼ੋ ਨੇ ਤੁਹਾਡੀ ਮਦਦ ਕਰਨ ਦੇ ਆਫਰ ਨੂੰ ਮੰਨਣ ਤੋਂ ਮਨਾ ਕਰਤਾ ਹੈ? ਤੈਨੂੰ ਨਾ ਮੈਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈਗੀ। ਮੈਨੂੰ ਵੀ ਤੁਹਾਨੂੰ ਪਰੇਸ਼ਾਨ ਕਰਨ ਚ ਨਾ ਕੋਈ ਇੰਟਰਸਟ ਨਹੀਂ ਹੈਗਾ, ਮੈਨੂੰ ਬਸ ਆਪਣੇ ਪੈਸੇ ਦਾ ਕੰਸਰਨ ਹੈ, ਉਹਦੀ ਚਿੰਤਾ ਹੈ ਕਿ ਉਹ ਕਿਤੇ ਫਾਲਤੂ ਦੇ ਵਿੱਚ ਲੱਗਣਾ ਨਹੀਂ ਚਾਹੀਦਾ, ਮੈਨੂੰ ਮੇਰਾ ਬਿਜ਼ਨਸ ਚਾਹੀਦਾ ਬਸ। ਬਾਏ ਦਾ ਵੇ, ਤੇਰੇ ਵਾਲੇ ਪਾਸੋਂ ਵੀ ਨਾ ਕੋਈ ਚੰਗੀ ਖਬਰ ਨਹੀਂ ਹੈ। ਦੇਸ਼ੋ ਤੇ ਰਣਵੀਰ, ਅੱਜ ਜਿਹੜਾ ਵੀ ਇੰਸੀਡੈਂਟ ਹੋਇਆ ਨਾ, ਇਸ ਤੋਂ ਜਮਾ ਹੀ ਨਹੀਂ ਹਿੱਲੇ ਲੱਗਦੇ। ਦੇਸ਼ੋ ਨੂੰ ਹੱਲੇ ਵੀ ਯਕੀਨ ਆ ਕਿ ਅੱਜ ਜਿਹੜੀ ਵੀ ਗੜਬੜ ਹੋਈ ਹੈ ਨਾ, ਰਣਵੀਰ ਉਹਨੂੰ ਸਾਂਭ ਲਵੇਗਾ। ਤੇ ਰਣਵੀਰ ਮੈਨੂੰ ਬਹੁਤ ਕੌਨਫੀਡੈਂਟ ਲੱਗ ਰਿਹਾ ਸੀਗਾ। ਚੱਕਰ ਕੀ, ਲੋਕਾਂ ਦੇ ਵਿੱਚ ਇੰਨਾ ਭਰੋਸਾ ਇੱਕ ਦੂਜੇ ਉੱਤੇ, ਪਰ ਇਹ ਗੱਲ ਨਾ ਸਾਡੇ ਲਈ ਚੰਗੀ ਨਹੀਂ ਹੈ। ਸਾਨੂੰ ਕੁਝ ਹੋਰ ਸੋਚਣਾ ਪੈਣਾ, ਆਪਾਂ ਦਿਮਾਗ ਲਾਉਣਾ ਪੈਣਾ, ਕੁਝ ਤਾਂ ਹੋਰ ਕਰਨਾ ਪੈਣਾ। ਅਰਮਾਨ ਹੈਲਪ ਆਫਰ ਕਰਨ ਆਇਆ ਸੀ ਕੰਟਰੈਕਟ ਦੇ ਇਸ਼ੂ ਨੂੰ ਲੈ ਕੇ। ਪਰ ਤੁਸੀਂ ਇਹ ਸਭ ਮੈਨੂੰ ਕਿਉਂ ਦੱਸ ਰਹੇ? ਕਿਉਂਕਿ ਮੈਨੂੰ ਲੱਗਿਆ ਕਿ ਤੁਸੀਂ ਪਤਾ ਨਹੀਂ ਕੀ ਸੋਚ ਰਹੇ ਹੋਵੋਗੇ, ਹੈਰਾਨ ਹੋ ਰਹੇ ਹੋਵੋਗੇ ਕਿ ਅਸੀਂ ਦੋਨਾਂ ਨੇ ਇਕੱਲਿਆਂ 'ਚ ਕੀ ਗੱਲਾਂ ਕੀਤੀਆਂ ਨੇ। ਤੁਹਾਨੂੰ ਨਾ ਇਸ ਗੱਲ ਦੀ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਕਿ ਮੈਂ ਕੀ ਸੋਚਾਂਗਾ, ਕਿਉਂਕਿ ਮੈਨੂੰ ਤੁਹਾਡੇ ਉੱਤੇ ਪੂਰਾ ਭਰੋਸਾ। ਸਰ ਪਲੀਜ਼ ਤੁਸੀਂ ਮੇਰੀ ਗੱਲ ਤਾਂ ਸੁਣੋ। ਤੁਹਾਡੀ ਹਿੰਮਤ ਕਿਵੇਂ ਹੋਈ ਕਾਲ ਕਰਨ ਦੀ? ਵਾਅਦਾ ਕਰਕੇ ਮੁੱਕ ਰਹੇ ਹੋ ਤੁਸੀਂ, ਐਵੇਂ ਥੋੜੀ ਨਾ ਹੁੰਦਾ ਹੈ। ਮੈਂ ਤੁਹਾਡੀ ਕੰਪਨੀ ਤੇ ਮੁਕੱਦਮਾ ਕਰਨ ਜਾ ਰਿਹਾ। ਸਰ ਤੁਸੀਂ ਕੇਸ ਦੀ ਗੱਲ ਬਿਲਕੁਲ ਨਾ ਕਰੋ, ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ। ਦਰਅਸਲ ਗੱਲ ਇੱਦਾਂ ਹੈਗੀ ਹੈ, ਰਣਵੀਰ ਦਾ ਨਾ ਐਕਸੀਡੈਂਟ ਹੋ ਗਿਆ ਸੀ, ਜਿਸ ਕਰਕੇ ਉਹਨੇ ਦਿਮਾਗ ਤੇ ਸੱਟ ਵੱਜ ਗਈ ਹੈ, ਬਟ ਹੁਣ ਉਹਨੂੰ ਨਾ ਰਿਅਲਾਈਜ਼ੇਸ਼ਨ ਹੋ ਗਿਆ ਹੈ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੈ, ਉਹ ਸੱਚੀ ਤੌਰ ਤੋਂ ਮਾਫੀ ਮੰਗਣਾ ਚਾਹੁੰਦਾ ਆ। ਪਲੀਜ਼ ਸਰ ਤੁਸੀਂ ਕੇਸ ਨਾ ਕਰੋ, ਜਿੱਦਾਂ ਦੀ ਗੱਲ ਹੋਈ ਹੈ ਜਿਵੇਂ ਡੀਲ ਹੈ ਨਾ ਉਦਾਂ ਹੀ ਐਗਜ਼ੈਕਟਲੀ ਹੋਏਗੀ। ਚਲੋ ਚੰਗੀ ਗੱਲ ਹੈ ਜੇ ਤੁਸੀਂ ਸਮਝ ਗਏ ਹੋ ਤਾਂ। ਮੈਂ ਆਪਣੀ ਟੀਮ ਨੂੰ ਅਪਡੇਟ ਕਰ ਦਿੰਦਾ, ਉਹ ਤੁਹਾਡੇ ਨਾਲ ਗੱਲ ਕਰ ਲੈਣਗੇ ਨੈਕਸਟ ਅਪਡੇਟਸ ਲਈ। ਠੀਕ ਹੈ ਸਰ, ਥੈਂਕ ਯੂ ਸੋ ਮਚ। ਪੁੱਛੋਗੇ ਨਹੀਂ ਮੈਨੂੰ ਕਿ ਮੈਂ ਇਹ ਸਭ ਕਿਉਂ ਕੀਤਾ? ਮੈਂ ਨਾ ਇੰਨਾ ਵੀ ਨਾ ਸਮਝ ਨਹੀਂ ਆ, ਮੈਨੂੰ ਸਭ ਪਤਾ ਕਿ ਤੂੰ ਇਦਾਂ ਕਿਉਂ ਕੀਤਾ। ਗੁੱਡ, ਫਿਰ ਤਾਂ ਚੰਗੀ ਗੱਲ ਹੈ। ਮੈਂ ਬਸ ਇਸ ਗੱਲ ਦੇ ਨਾਲ ਹੀ ਖੁਸ਼ ਕਿ ਤੁਸੀਂ ਖੁਸ਼ ਹੋ ਤੇ ਸੇਫ।
मैं हर सिचुएशन च तुहाडे नाल। हुण आपां चलिए। जरूर। पिछे नहीं, इत्थे, क्योंकि मैं चाहुंदा कि मेरा पार्टनर हमेशा मेरे नाल नाल रहे। हुण चलिए।